ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਨੀਪੈਗ ਦੀ ਸਰਦੀਆਂ ਬਾਰੇ ਸੁਣਿਆ ਸੀ, ਗਰਮੀਆਂ ਹੁਣ ਭੁਗਤ ਰਹੇ ਹਾਂ। ਹਾਲੇ ਤਾਂ ਗਰਮੀ ਪਈ ਵੀ ਨਹੀਂ ਹੈਗੀ ਪਰ ਅੰਦਰ ਇੰਨੀ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਆ। ਸ਼ਾਮ ਦੇ 7 ਵਜੇ ਨੇ, ਉਰੇ ਕਿਹੜੀ ਵਧੀਆ ਚੀਜ਼ ਹੈ, ਫੋਰਕ ਕੀ ਆ, ਦਾ ਫੋਰਕਸ ਉੱਥੇ ਆਪਾਂ ਜਾਣਾ ਘੁੰਮਣ। ਉੱਦਾਂ ਅਸੀਂ ਸਰਚ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਉਰੇ ਕੁਛ ਖਾਸ ਮਿਲਿਆ ਨਹੀਂ ਹੈਗਾ ਜਿਹੜਾ ਐਕਸਪਲੋਰ ਕਰਨ ਆਵੇ, ਤੇ ਜਿਹੜਾ ਕੁਛ ਮਿਲ ਰਿਹਾ ਆਲਰੇਡੀ ਬੁੱਕਡ ਆ। ਸੋ ਸਾਡੀ ਇਹ ਥੋੜੀ ਜੀ, ਅਸੀਂ ਵੈਸੇ ਰਹਿਣਾ ਵੀ ਨਹੀਂ ਸੀ, ਸਾਡੀ ਟਿਕਟ ਤਾਂ ਮਤਲਬ ਇਹ ਕੱਲ ਦੇ ਦਿਨ ਦੀ ਸੀ, ਪਰ ਏਅਰਲਾਈਨਸ ਵੱਲੋਂ ਸਾਨੂੰ ਈਮੇਲ ਆ ਗਈ ਸੀਗੀ, ਉਹ ਕਹਿੰਦੇ ਵੀ ਤੁਸੀਂ ਐਕਸਟੈਂਡ ਕਰਨੀ ਪੈਣੀ ਆ ਤੁਹਾਨੂੰ, ਉਦੋਂ ਸਾਡੀ ਕੋਈ ਫਲਾਈਟ ਨਹੀਂ ਚੱਲਣੀ। ਫਿਰ ਅਸੀਂ ਹੁਣ ਥੋੜੇ 3-4 ਦਿਨ ਲੈ ਕੇ ਜਾਣਾ ਵਿਨੀਪੈਗ ਦੇ ਵਿੱਚ, ਤੇ ਇੱਕ ਤਾਂ ਅਸੀਂ ਐਕਟੀਵਿਟੀ ਜਿਹੜੀ ਸੋਚੀ ਉਹ ਕਰਨੀ ਆ, ਤੇ ਬਾਕੀ ਦੇਖਦੇ ਹਾਂ ਹੁਣ ਕੱਲ ਨੂੰ ਪਰਸੋਂ ਨੂੰ ਕੀ ਕਰਦੇ ਆ। ਕੱਲ ਮਾੜਾ ਜਿਹਾ ਬਾਹਰ ਗਏ ਸੀ, ਮੈਂ ਤਾਂ ਕਰੀ ਆ, ਮੌਸਮ ਵਧੀਆ, ਮੈਂ ਕਿਹਾ ਚਲੋ ਥੋੜਾ ਜਿਹਾ ਘੁੰਮ ਆਉਂਦੇ ਆ। ਤੇ ਅੱਜ ਮੇਰੀ ਦਸਤਾਰ ਦੱਸਿਓ ਕਿਵੇਂ ਲੱਗ ਰਿਹਾ, ਇਹ ਗੱਗੂ ਨੇ ਬੰਨੀ ਅੱਜ ਥੋੜੀ ਜਿਹੀ ਨੇ ਆਪਣੇ ਸਟਾਈਲ 'ਚ, ਜਿਵੇਂ ਮੈਂ ਇਹਨੂੰ ਕਹਿੰਦਾ ਮੈਂ ਕਿਹਾ ਬੰਨੀ ਮੇਰੀ ਵੀ ਮੇਰੇ ਹਿਸਾਬ ਨਾਲ ਬੰਨੀ, ਇਹਨੇ ਦੱਸਿਓ ਕਿੱਦਾਂ ਦੀ ਲੱਗ ਰਹੀ ਹੈ। ਪਹਿਲੀ ਵਾਰ ਟਰਾਈ ਕੀਤੀ ਸੀ, ਇਹ ਕਹਿੰਦਾ ਵੀ ਥੋੜੀ ਛੋਟੀ ਦਸਤਾਰ ਸੀ, ਹੋਰ ਵੱਡੀ ਹੋਣੀ ਚਾਹੀਦੀ ਸੀ, ਜਿਸ ਤਰੀਕੇ ਨਾਲ ਇਹ ਬੰਦਾ ਉਸ ਤਰੀਕੇ ਨਾਲ, ਤੇ ਹੁਣ ਆਪਾਂ ਚੱਲਦੇ ਹਾਂ। ਮੈਂ ਕਿਹਦੀ ਵੀ ਵੈਸੇ ਡਿਫਰੈਂਟ ਅੱਜ ਦੱਸਿਓ ਵੀ ਡਿਫਰੈਂਟ ਹੈਗੀ ਹੈ, ਮੈਨੂੰ ਤਾਂ ਕੁਝ ਲੱਗਿਆ ਡਿਫਰੈਂਟ ਹੈ, ਮੈਨੂੰ ਤਾਂ ਲੱਗਿਆ ਨਹੀਂ ਕੁਝ ਕੀ ਡਿਫਰੈਂਟ, ਮਤਲਬ ਕੀ ਕੀਤਾ ਤਾਂ ਡਿਫਰੈਂਟ ਵੀ ਅੱਗੇ ਜਿਹੜੇ ਉੱਪਰਲੇ ਲਾੜਾ ਉਹ ਵੱਧ ਹੁੰਦੇ ਨੇ, ਅੱਜ ਉੱਪਰਲੇ ਘੱਟ ਆ ਨੀਚੇ ਵਾਲੇ। ਤੇ ਜਿਹੜੀ ਘੈਂਟ ਗੱਲ ਲੱਗੀ ਵੀ ਟ੍ਰੈਫਿਕ ਜਾਮ ਨਹੀਂ ਹੈਗਾ, ਮੇ ਬੀ ਅਸੀਂ ਥੋੜੇ ਜਿਹੇ ਲੇਟ ਆ, ਪਰ 7 ਵਜੇ ਪੀਕ ਆਵਰਸ ਹੀ ਹੁੰਦੇ ਨੇ, ਉਹਦੇ ਹਿਸਾਬ ਨਾਲ ਸ਼ਾਇਦ ਪਹਿਲਾਂ ਹੋ ਜਾਂਦੀ ਪੀਕ ਆਵਰਸ, ਬਟ ਪਿੱਛੋਂ ਅਸੀਂ ਆਏ ਇੰਨਾ ਰਸ਼ ਨਹੀਂ ਹੁੰਦਾ, ਜਿਹੜਾ ਹੁਣ ਹੋਣ ਲੱਗ ਗਿਆ ਪਿਛਲੇ 2-3 ਸਾਲਾਂ ਤੋਂ। ਪਹਿਲਾਂ ਤਾਂ ਬਹੁਤ ਘੱਟ ਹੁੰਦਾ ਸੀ, ਮੇਰਾ ਫਰੈਂਡ ਯਾਰ ਆਇਆ ਹੋਇਆ, ਉਹ ਕਹਿੰਦਾ ਯਾਰ ਜਦ ਮੈਂ ਆਇਆ ਕਹਿੰਦਾ ਜਮਾ ਹੀ ਨਹੀਂ ਕੁਛ ਹੁੰਦਾ, ਜਿਹਨੂੰ 15 ਚ ਆਇਆ ਹੋਣਾ, ਜਿਹੜਾ ਉਹ ਮੈਕ ਫਿਲਿਪ ਆ ਨਾ, ਉਹਦੇ ਮੈਕ ਫਿਲਿਪ ਸਟਰੀਟ, ਉਹ ਤੇ ਹੁਣ ਘੱਟ ਹੋਣ ਲੱਗ ਗਿਆ, ਬਿਕਾਜ਼ ਉਧਰ ਆਪਣੇ ਦੇਸੀ ਬੋਸ ਰਹਿਣ ਲੱਗ ਗਏ ਨਾ, ਤਾਂ ਉੱਥੇ ਘੱਟ ਹੁੰਦਾ। ਨਹੀਂ ਤਾਂ ਪਹਿਲਾਂ ਤਾਂ ਬਾਹਲਾ ਕਹਿੰਦੇ ਨੇ ਵੀ ਜਮੇ ਕੁਛ ਹੁੰਦਾ ਹੀ ਨਹੀਂ ਸੀ, ਖਾਲੀ ਹੀ ਪਿਆ ਸੀਗਾ। ਹੁਣ ਤਾਂ ਆਪਣੇ ਬਹੁਤ ਕਮਿਊਨਿਟੀ, ਮਤਲਬ ਕੁਛ ਏਰੀਆ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਫੈਮਲੀਆਂ ਦੇਖ ਜਾਂਦੇ ਨੇ, ਪਹਿਲਾਂ ਤਾਂ ਬਹੁਤ ਘੱਟ ਦੇਖਦੇ ਸੀਗੇ। ਕਿ ਉਰੇ ਜਿਵੇਂ ਡਾਊਨ ਟਾਊਨ ਆ, ਉਹਦੇ ਵਿੱਚ ਰੈੱਡ ਇੰਡੀਅਨਸ ਨੇ ਬਹੁਤ, ਉਹ ਰਹਿੰਦੇ ਨੇ ਉੱਥੇ, ਤੇ ਉਰੇ ਉਹਨਾਂ ਨੂੰ ਪਿਆਰ ਨਾਲ ਲਾਲੂ ਕਿਹਾ ਜਾਂਦਾ, ਰੈੱਡ ਇੰਡੀਅਨ ਦਾ ਲਾਲੂ ਬਣਾ ਲਿਆ, ਲਾਲ ਭਾਰਤੀ ਕਹਿ ਦਿੰਦੇ ਕਈ, ਹਾਂ ਲਾਲ ਭਾਰਤੀ ਲਾਲੂ, ਰੈੱਡ ਇੰਡੀਅਨ ਸ਼ਾਰਟਸ ਲਾਲੂ ਕਹਿ ਦਿੰਦੇ ਨੇ, ਬਟ ਠੀਕ ਆ, ਛੋਟਾ ਜਿਹਾ ਡਾਊਨ ਟਾਊਨ ਆ, ਬੜਾ ਵੱਡਾ ਵੀ ਨਹੀਂ ਹੈਗਾ, ਖਾਲੀ ਖਾਲੀ ਜਿਹਾ ਪਿਆ ਵਾ, ਤੇ ਬਸ ਹੁਣ ਪਤਾ ਨਹੀਂ ਗੱਬੂ ਸਾਨੂੰ ਕਿੱਦਾਂ ਲੈ ਕੇ ਜਾ ਰਿਹਾ, ਹੈ ਹੀ ਨਹੀਂ ਕੁਛ ਯਾਰ। ਉੱਦਾਂ ਜੀ ਮੈਂ ਇੱਕ ਵੀਡੀਓ ਦੇਖਦੀ, ਇੱਕ ਟਿਕਟੋਕ ਵਾਲੇ ਲੋਕੇਸ਼ਨ 'ਚ ਆ ਕੇ ਤੁਹਾਨੂੰ ਉੱਥੇ ਮੈਂ ਵੀਡੀਓ ਦਿਖਾਉਂਦੇ ਨੇ, ਉਹ ਸੀਗਾ ਵੀ ਫੋਰਕਸ ਬਹੁਤ ਓਵਰ ਰੇਟਡ ਆ, ਕਿਉਂਕਿ ਸਾਰੇ ਉੱਥੇ ਚਲੀ ਜਾਂਦੇ ਨੇ, ਉਹ ਮਿਊਜ਼ੀਅਮ ਮਿਆਜ਼ ਵੀ ਹੁੰਦੇ ਨੇ, ਪਰ ਮੈਨੂੰ ਜਮਾ ਹੀ ਨਹੀਂ ਵਧੀਆ ਲੱਗਦੇ ਉਹ ਦੇਖਣੇ, ਮਿਊਜ਼ੀਅਮ ਮਿਆਜ਼ ਕੋਈ ਨਹੀਂ ਆਉਂਦਾ, ਉਹ ਇੰਟਰਸਟਿੰਗ ਵੀ ਨਹੀਂ ਹੁੰਦੇ ਯਾਰ, ਕੁਛ ਨਹੀਂ ਹੁੰਦਾ। ਜ਼ੂ ਮੇਰਾ ਪਹਿਲਾਂ ਇੱਕ ਵਾਰ ਗਿਆ ਸੀ, ਮੈਨੂੰ ਇੰਨਾ ਠੀਕ ਠਾਕ ਹੀ ਲੱਗਿਆ ਸੀਗਾ, ਪਹਿਲਾਂ ਦੀ ਗੱਲ, ਮੈਂ ਪੜ੍ਹਦਾ ਸੀਗਾ, ਸਟੂਡੈਂਟ ਸੀਗਾ, ਤੇ ਉਦੋਂ ਬਾਅਦ ਮੈਨੂੰ ਲੱਗਦਾ ਵੀ ਯਾਰ ਕੀ ਬੰਨੇ ਹੋਏ ਜਾਨਵਰਾਂ ਨੂੰ ਦੇਖਣ ਜਾਣਾ ਹੈ ਕੈਬ ਦੇ ਵਿੱਚ, ਸੋ ਉਹ ਠੀਕ ਨਹੀਂ ਲੱਗਦੀ ਹੈਗੀ ਚੀਜ਼। ਪਾਰਕਿੰਗ ਟੌਪ ਤੇ ਆ ਗਏ, ਗੱਗੂ ਵੀ ਪਹਿਲੀ ਵਾਰੀ ਆਇਆ ਉਰੇ, ਕਹਿੰਦਾ ਬੰਦ ਹੁੰਦੀ ਹੈ, ਮੋਸ਼ਾ ਸਰਦੀਆਂ 'ਚ ਬੰਦ ਕਰ, ਸਰਦੀਆਂ ਬੰਦ ਹੁੰਦੀ ਹੈ ਫਿਰ। ਤੇ ਜਿਹੜੀ ਪਿੱਛੇ ਇੰਟਰਸਟਿੰਗ ਜੀ ਬਿਲਡਿੰਗ ਦਿਖ ਰਹੀ ਹੈ, ਹੈਗਾ ਸ਼ਾਇਦ ਮਿਊਜ਼ੀਅਮ, ਬਾਹਰੋਂ ਜਿੰਨਾ ਇੰਟਰਸਟਿੰਗ ਆ ਇਹ, ਕੋਈ ਨਹੀਂ ਜਾਂਦਾ ਅੰਦਰੋਂ, ਉਨਾ ਹੀ ਬੋਰਿੰਗ ਹੋਣਾ। ਤੇ ਆਹ ਥੋੜੀਆਂ ਜਿਹੀ ਬਿਲਡਿੰਗ ਵਾਲਾ ਇੰਨਾ ਕੇ ਜੀ, ਉਰੇ ਡਾਊਨ ਟਾਊਨ ਆ, ਮਾੜੀਆਂ ਹੀ ਇੱਧਰ ਨੇ, ਮਾੜੀਆਂ ਹੀ ਇੱਧਰ ਨੇ, ਜਦੋਂ ਕੋਈ ਉਰੇ ਮਤਲਬ ਉਹ ਹੁੰਦੇ ਆ ਨਾ ਫੰਕਸ਼ਨ ਹੁੰਦੇ ਆ, ਜਿਵੇਂ ਸਿਟੀ ਦੇ ਫੰਕਸ਼ਨ ਹੀ ਹੁੰਦੇ, ਹਾਂ 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 ਹਾਂ, ਤਾਂ ਆਹ ਹਾਲ ਚੁੱਕੇ ਆ, ਉਹ ਸਾਹਮਣੇ ਸੀਐਨ ਹਾਲ, ਸੋ ਸੀਐਨ ਹਾਲ ਜੇ ਮੈਂ ਦੇਖਿਆ ਹਰੇਕ ਥਾਂ ਤੇ ਹੁੰਦਾ ਹਨਾ, ਵੀਡੀਓ 'ਚ ਦੇਖੇ ਕਿੰਨਾ ਸੋਹਣਾ ਦਿਖਾ ਰੱਖਿਆ ਸੀ, ਹਾਂ ਹਨਾ, ਹੁਣ ਗੰਦਾ ਜਿਹਾ ਲੱਗਦਾ। ਤੇ ਆਹ ਲਿਖਿਆ ਜੀ ਵਿਨੀਪੈਗ ਸਕੇਟਬੋਰਡ ਪਾਰਕ ਆ, ਅਜੇ ਸਕੇਟਿੰਗ ਕਰਦੇ ਨੇ, ਹਾਂਜੀ, ਅੱਛਾ ਉਹ ਰੈਂਪ ਜੇ ਬਣੇ ਹੋਏ ਜਿੱਥੇ ਉਹ ਖੜੀਆਂ ਨੇ ਦੋ ਲੇਡੀਜ਼ ਹਨਾ, ਹਾਂ, ਉੱਥੇ ਪਹਿਲਾਂ ਨਾ ਇੱਕ ਉਹ ਹੁੰਦਾ ਸੀਗਾ ਸਾਈਕਲਾਂ ਦਾ, ਉਹ ਹੁੰਦਾ ਸੀ ਵੱਡਾ ਸਾਰਾ, ਅੱਛਾ ਯਾਰ ਮੈਂ ਇੱਕ ਮਹੀਨਾ ਵਿਨੀਪੈਗ ਤੋਂ ਬਾਹਰ ਗਿਆ, ਚੇਂਜ ਹੋ ਗਿਆ, ਇਹਨਾਂ ਨੇ ਤਾਂ ਬਦਲਤੀਆਂ ਚੀਜ਼ਾਂ, ਕੀ ਬਾਤ ਹੈ, ਉਹ ਚੱਕ ਕੇ ਦਿੱਤੇ ਇਹਨਾਂ ਨੇ ਪਤਾ ਨਹੀਂ ਕਾਹ ਤੋਂ, ਸਾਰੀ ਜੰਮ ਜਾਂਦੀਆਂ, ਫਿਰ ਉਰੇ ਆਈਸ ਸਕੇਟਿੰਗ ਕਰਦੇ ਮੋਸਟਲੀ, ਥਾਵਾਂ ਤੇ ਪਾਣੀ ਹਟਦਾ ਉਰੇ ਜੰਮ ਜਾਂਦੀਆਂ ਹਨ, ਸਰਦੀਆਂ ਇੰਨੀ ਪੈਂਦੀ ਆ, ਫਿਰ ਉਹਦੇ ਤੇ ਆਈਸ ਸਕੇਟਿੰਗ ਚੱਲਦੀ ਆ। ਉਰੇ ਜਿਵੇਂ ਬਰਫ਼ ਪੈਂਦੀ ਆ, ਬੀਸੀ ਛੇਤੀ ਮੈਲਟ ਹੋ ਜਾਂਦੀ ਆ, ਟੋਰਾਂਟੋ ਜੋ ਤੋਂ ਲੇਟ ਹੁੰਦੀ ਆ, ਉਰੇ ਮੈਲਟ ਹੁੰਦੀ ਤੇ ਉਹੀ ਪਈ ਰਹਿੰਦੀ ਆ, ਕਿਉਂਕਿ ਟੈਂਪਰੇਚਰ ਬਹੁਤ ਡਾਊਨ ਹੁੰਦਾ, ਫਰੀਜ਼ਰ ਵਾਲਾ ਕੰਮ ਬਣ ਜਾਂਦਾ ਇੱਥੇ, ਸੋ ਉਰੇ ਕਾਫੀ ਰੌਣਕ ਮੇਲਾ, ਤਾਂ ਕਰਨ ਦੀ ਵੀ ਆਹੀ ਆ ਵੀ ਬਰਫ਼ ਪਿਘਲਦੀ ਨਹੀਂ ਹੈਗੀ ਇੱਥੇ, ਹਾਂ ਹਾਂ ਹਾਂ, ਉਹ ਵਧੀਆ ਫਨ ਵੀ ਆ ਨਾ ਇਹਦੇ ਤੇ, ਅੱਗੇ ਤੇ ਸਕੇਟਿੰਗ ਕਰਨ ਦਾ ਕਿੰਨਾ ਨਜ਼ਾਰਾ ਆਇਆ ਸੀਗਾ ਮੈਂ ਇੱਕ ਵਾਰ, ਅੱਛਾ 5 ਮਿੰਟ ਸਹੀ ਰਿਹਾ, ਇੱਕਦਮ ਗਿਰਿਆ ਮੈਂ ਪਿੱਛੇ, ਸੱਟ ਲੱਗਣਾ ਗਿੱਟਾ ਤੇ ਮਿਕਸ ਹੋ ਗਿਆ ਸੀਗਾ, ਗਿੱਟਾਂ ਮੋੜਨ ਦਾ ਟੁੱਟਣ ਦਾ ਬਹੁਤ ਹੋ ਰਿਹਾ ਹੁੰਦਾ।
ਕਾਫੀ ਉਰੇ ਆਏ ਹੋਏ ਨੇ ਬਟ ਇੰਨੇ ਵੀ ਨਹੀਂ ਹੈਗੇ ਲੋਕ ਫੂਡ ਫਨ ਇੰਜੋਏ ਕਰਨ ਲੱਗੇ ਨੇ ਆਪਣੀਆਂ ਵੀ ਹੈਗੀਆਂ ਫੈਮਿਲੀ ਉਹਦੇ ਉੱਤੇ ਵੀਕਐਂਡ ਤੇ ਆ ਜਾਂਦੇ ਹਾਂ ਪਾਰਕਿੰਗ ਸਪੋਟ ਤਾਂ ਮਿਲੀ ਨਹੀਂ ਜਿਹੜੀ ਮੈਂ ਅਸੀਂ ਗਏ ਸੀਗੇ ਨੇੜੇ ਲੱਭਣ ਸੀਗੀ ਵੀ ਛੋਟੀ ਫਿਰ ਅਸੀਂ ਥੋੜ੍ਹੀ ਦੂਰ ਪਾਰਕ ਕੀਤੀ ਆ ਸੋ ਕੁਰਸੀਆਂ ਜਿਹੜੇ ਵਧੀਆ ਲੱਗੀਆਂ ਹੋਈਆਂ ਨੇ ਰਿਲੈਕਸ ਕਰਨ ਨੂੰ ਫੁੱਟ ਵਾਲੀਆਂ ਫੋਟੋ ਸੋਹਣੀਆਂ ਆਉਂਦੀਆਂ ਇੱਥੋਂ ਬਾਕੀ ਨਹੀਂ ਪਤਾ ਬੰਦੇ ਹੀ ਸੋਹਣੇ ਨੇ ਆ ਇੱਟਾਂ ਹੀ ਦੇਖ ਕੇ ਤਾਂ ਇੰਡੀ ਵਾਲੇ ਜਿਵੇਂ ਕਿਲੇ ਜੇ ਹੁੰਦੇ ਸੀ ਉਹ ਵਾਲੀ ਫੀਲਿੰਗ ਆਉਣ ਲੱਗ ਗਈ ਉਰੇ ਬੱਸਾਂ ਨਿਸ਼ਾਨੀਆਂ ਜਿਹੀਆਂ ਲਾਈਆਂ ਹੋਈਆਂ ਨੇ ਇਤਿਹਾਸ ਉੱਤੇ ਉਸ ਲਿਖਿਆ ਉਰੇ ਅੱਡੀ ਨਹੀਂ ਹੁੰਦਾ ਇੱਕ ਆਹ ਸਟੈਚੂ ਜਿਹਾ ਜਿਹੜਾ ਇੱਧਰ ਮਤਲਬ ਸਟਰਕਚਰ ਜੀ ਇਹ ਵੀ ਨਵੀਂ ਹੈ ਇੰਸਟਾਲ ਕੀਤੀ ਆ ਪੜ੍ਹੂ ਕੌਣ ਇੰਨਾ ਯਾਰ ਬਹੁਤ ਪੜ੍ਹਿਆ ਜ਼ਿੰਦਗੀ ਦੇ ਵਿੱਚ ਹਿਸਟਰੀ ਵੀ ਨਾਲੇ ਕਿਹੜਾ ਪੂਰੀ ਸੱਚੀ ਲਿਖੀ ਹੁੰਦੀ ਆ ਹਰੇਕ ਬੰਦਾ ਆਪਣੇ ਹਿਸਾਬ ਨਾਲ ਲਿਖਦਾ ਵਾ ਆਪਣੀ ਸੋਚ ਨਾਲ ਹਾਂ ਜੋ ਉਹਨੂੰ ਤੱਥ ਮਿਲੇ ਤੱਥ ਝੂਠੇ ਵੀ ਹੁੰਦੇ ਨੇ ਕਈ ਵਾਰ ਇਨਫੋਰਮੇਸ਼ਨ ਆਉਂਦੀ ਆ ਕਿੰਨੀ ਚੇਂਜ ਹੋ ਜਾਂਦੀ ਆ ਨਹੀਂ ਈਵਨ ਆਪਾਂ ਵੀ ਕਈ ਵਾਰ ਵੀਡੀਓ 'ਚ ਆਪਾਂ ਗੱਲ ਦੱਸਦੇ ਹਾਂ ਆਪਣੀ ਇੰਟੈਂਸ਼ਨ ਠੀਕ ਹੁੰਦੀ ਆ ਪਰ ਆਪਣੀ ਇਨਫੋਰਮੇਸ਼ਨ ਆਪਣੀ ਇਨਫੋਰਮੇਸ਼ਨ ਗਲਤ ਹੁੰਦੀ ਔਰ ਜਮੀ ਗਲਤ ਹੁੰਦੀ ਬਾਅਦ 'ਚ ਪਤਾ ਲੱਗਦਾ ਅੱਛਾ ਵੀ ਯਾਰ ਐਵੇਂ ਨਹੀਂ ਸੀ ਐਵੇਂ ਸੀਗਾ ਇਸ ਲਈ ਆਪਾਂ ਬਾਹਲੀ ਇਨਫੋਰਮੇਸ਼ਨ ਦੇਈ ਸੀ ਅੱਛਾ ਉਹ ਪਰ ਹਾਂ ਅਪਡੇਟ ਕਰਦੇ ਰਹਿੰਦੇ ਨੇ ਵਾਲੀ ਪੇਂਟਿੰਗ ਔਰ ਇਹ ਜਿਹੀਆਂ ਪੇਂਟਿੰਗਾਂ ਹੀ ਬਹੁਤ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਹੀ ਬਣਾਈਆਂ ਹੋਈਆਂ ਨੇ ਥਾਂ ਦੇ ਪਾਰਕਿੰਗ ਦੇ ਵਿੱਚ ਕਿੰਨੀਆਂ ਸੀ ਰੈਡ ਰਿਵਰ ਆ ਇਹ ਰਿਵਰ ਨਾਰਥ ਵੱਲ ਨੂੰ ਚੱਲਦੀ ਯੂਜ਼ਲੀ ਨਾਰਥ ਵੱਲੋਂ ਰਿਵਰਾਂ ਜਾਂਦੇ ਨੇ ਥੱਲੇ ਨੂੰ ਜਾਂਦੀਆਂ ਨੇ ਪਰ ਇਹ ਉੱਪਰ ਨੂੰ ਜਾਂਦੀ ਹੈ ਥੱਲੇ ਉੱਪਰ ਨੂੰ ਜਾਂਦੀ ਹੈ ਤੇ ਜਾ ਕੇ ਮਿਲ ਜਾਂਦੀ ਹੈ ਵਿਨੀਪੈਗ ਲੇਕ ਸਮਥਿੰਗ ਅੱਜ ਮੈਂ ਗੂਗਲ ਕਰ ਰਿਹਾ ਸੀਗਾ ਇਨਫੋਰਮੇਸ਼ਨ ਸਹੀ ਦੇਣੀ ਆ ਬਾਕੀ ਤੁਸੀਂ ਆਪਣੀ ਚੈੱਕ ਕਰ ਲਿਓ ਹਾਂ ਲੇਕ ਵਿਨੀਪੈਗ ਚ ਚਲੇ ਜਾਂਦੀ ਉਹ ਚਲੀ ਜਾਂਦੀ ਉਹ ਮਿਲ ਜਾਂਦੀ ਹੈ ਸੋ ਜਿਵੇਂ ਜਗਾਵਾਂ ਨੇ ਪਾਰਕ ਦੇ ਵਿੱਚ ਇਹ ਸਾਰੀਆਂ ਸਰਦੀਆਂ ਦੇ ਵਿੱਚ ਆਈਸ ਸਕੇਟਿੰਗ ਵਾਲੀ ਸਾਰੀਆਂ ਜਮੀਆਂ ਹੁੰਦੇ ਨੇ ਇੱਥੇ ਆਈਸ ਸਕੇਟਿੰਗ ਕਰਦੇ ਕੋਲੇ ਜਿਵੇਂ ਆਪਣੇ ਡਾਊਨ ਟਾਊਨ 'ਚ ਆਪਾਂ ਗਏ ਸੀ ਉੱਥੇ ਕਰਦੇ ਆ ਉਹ ਘੱਟ ਜਗ੍ਹਾ ਹੁੰਦੀ ਆ ਇੱਥੇ ਬਾਹਲੀ ਜ਼ਿਆਦਾ ਕਰਦੇ ਹਾਂ ਇੱਥੇ ਬਾਹਲੀ ਹੁੰਦੀ ਵਿੰਟਰ ਐਕਟੀਵਿਟੀਆਂ ਹੈਗੀਆਂ ਨੇ ਮਤਲਬ ਜਿੰਨਾ ਕੁ ਛੋਟਾ ਜਿਹਾ ਵੀ ਨਹੀਂ ਪੈਗਾ ਹਨਾ ਤਾਂ ਉਹਦੇ ਵਿੱਚ ਇਹਨਾਂ ਨੇ ਟਰਾਈ ਕਰਾਏ ਵੱਧ ਤੋਂ ਵੱਧ ਚੀਜ਼ਾਂ ਹੀ ਬਣਾਈਆਂ ਜਾਣ ਜਿਵੇਂ ਆਹ ਜਿਹੜੀ ਆਹ ਰਿਵਰ ਵਾਲੀ ਹੁੰਦੀ ਹੈ ਨਾ ਇਹਨੂੰ ਪ੍ਰੋਪਰ ਮੇਨਟੇਨ ਕਰਦੇ ਆ ਤੁਹਾਨੂੰ ਮੈਂ ਫੋਟੋ ਦਿਖਾਊਂਗਾ ਪੂਰੇ ਕੇ ਟਰੈਕ ਬਣਾਉਂਦੇ ਆ ਅੱਛਾ ਇੱਕ ਦਰਖਤ ਵੀ ਪਤਾ ਨਹੀਂ ਕਿੱਥੋਂ ਲੈ ਆਉਂਦੇ ਆ ਇਹ ਇਸ ਸਾਈਡਾਂ ਤੇ ਦਰਖਤ ਵੀ ਲਾ ਦਿੰਦੇ ਆ ਅੱਛਾ ਸੋਹਣਾ ਬਣਾਉਂਦੇ ਆ ਪੂਰਾ ਹਾਂ 5-6 ਕਿਲੋਮੀਟਰ ਲੰਬੀ ਹੁੰਦੀ ਆ ਉਹ ਅੱਛਾ ਲੋਕ ਉਹ ਜਮੀ ਦੂਜੇ ਪਾਰਟ ਆਫ ਵਿਨੀਪੈਗ ਤੋਂ ਆਉਂਦੇ ਆ ਐ ਵਿੱਚ ਤੁਸੀਂ ਅੱਛਾ ਕੈਂਟ ਸੀ ਆ ਆ ਯੂਰਿਕ ਸਸਪੈਂਸ਼ਨ ਸਸਪੈਂਸ਼ਨ ਬ੍ਰਿਜ ਜਿਹਾ ਬਣਾਇਆ ਇਹਦੀ ਵੈਸੇ ਸਸਪੈਂਸ਼ਨ ਆ ਚੀਜ਼ਾਂ ਕਰਨ ਦੀ ਲੋੜ ਨਹੀਂ ਸੀ ਸੈਂਪਲ ਵੀ ਬਣ ਸਕਦਾ ਸੀਗਾ ਏਸੀ ਵਾਲੇ ਡੀਟੇਲ ਦੱਸ ਰਹੇ ਬਟ ਇਹ ਆਰਕੀਟੈਕਟ ਇਹਨਾਂ ਨੇ ਆਪਣਾ ਕੁਛ ਦਿਖਾਉਣ ਵਾਸਤੇ ਬਜਟ ਸਸਤੇ ਜਿਹਨਾਂ ਨੇ ਇੱਕ ਆਪਣਾ ਵਧੀਆ ਪੁਲ ਬਣਾ ਲਿਆ ਉਹ ਇੱਕ ਹੀ ਪਲੇਟਫਾਰਮ ਉਹਦੇ ਵਿੱਚ ਵੀ ਕੋਈ ਸ਼ੋਅ ਹੋਊਗਾ ਸ਼ਾਇਦ ਇਹ ਪਹਿਲਾਂ ਸੀਗਾ ਹੀ ਨਹੀਂ ਉਰੇ ਇਹ ਹੁਣ ਰੀਸੈਂਟਲੀ ਬਣਿਆ ਨਵਾਂ ਹੀ ਬਣਿਆ ਤੇ ਉਰੇ ਥੱਲੇ ਨਿਸ਼ਾਨੀਆਂ ਜੀ ਵੀ ਉਰੇ ਜਿਹੜਾ ਪੁਰਾਣਾ ਉਰੇ ਲੋਕ ਸੀਗੇ ਓਰੀਜਨਲ ਲੋਕ ਸੀਗੇ ਓਰੀਜਨਲ ਐਬੋਰੀਜਨਲ ਕਹਿ ਦਿੰਦੇ ਨੇ ਰੈਡੀਨੀਅਨਸ ਕਹਿ ਦਿੰਦੇ ਨੇ ਉਹਨਾਂ ਦੀ ਉਰੇ ਨਿਸ਼ਾਨੀਆਂ ਨੂੰ ਕਾਫੀ ਪ੍ਰਮਾਣਤਾ ਦਿੱਤੀ ਹੋਈ ਆਹ ਸ਼ਹਿਰ ਦੇ ਵਿੱਚ ਮੈਂ ਦੇਖਿਆ ਸਭ ਤੋਂ ਜ਼ਿਆਦਾ ਬੀਸੀ ਦੇ ਵਿੱਚ ਮੈਂ ਦੇਖਿਆ ਸੀ ਕਈ ਥਾਵਾਂ 'ਤੇ ਜਿਵੇਂ ਗਾਰਡਨ ਦੇ ਵਿੱਚ ਉਹਨਾਂ ਦੇ ਜਿਵੇਂ ਪੂਜਦੇ ਸੀ ਜਿਹੜੇ ਹਨਾ ਲੱਕੜ ਦੇ ਬਣਾ ਕੇ ਉਰੇ ਵੀ ਉਹ ਚੀਜ਼ਾਂ ਕਾਫੀ ਨੇ ਨਿਸ਼ਾਨੀਆਂ ਜੀ ਇਹਨਾਂ ਨੇ ਬਣਾਈਆਂ ਹੋਈਆਂ ਕਿਉਂਕਿ ਉਰੇ ਰਹਿੰਦੇ ਵੀ ਬਹੁਤ ਨੇ ਜੀਟੀਏ ਦੇ ਵਿੱਚ ਕਦੇ ਦਿਖੇ ਵੀ ਨਹੀਂ ਹੈਗੇ ਤੇ ਉੱਥੇ ਉਹਨਾਂ ਨੇ ਕੋਈ ਨਿਸ਼ਾਨੀ ਹੋਈ ਰਹਿੰਦੇ ਆ ਹੰਸ ਦੱਸਦਾ ਹੁੰਦਾ ਮੇਰਾ ਡੈਡੀ ਉਹ ਸਿਕਿਉਰਿਟੀ ਕਰਦਾ ਹੁੰਦਾ ਸੀ ਕੰਟ ਵੀ ਬਹੁਤ ਸੀਗੇ ਇੱਕ ਪੂਰਾ ਇੱਕ ਏਰੀਆ ਜਿਹਾ ਹੀ ਹੋਣਾ ਵਾ ਇੱਥੇ ਵੀ ਨਹੀਂ ਪੈਕ 'ਚ ਤਾਂ ਇਹਨਾਂ ਦੇ ਅਪਾਰਟਮੈਂਟ ਨੇ ਜਿੱਦਾਂ ਇਹਨਾਂ ਨੂੰ ਲੋਟ ਪਏ ਹੋਏ ਨੇ ਅੱਛਾਈਆਂ ਨੂੰ ਤੇ ਉਹ ਬਿਲਡਿੰਗਾਂ ਸਾਰੀਆਂ ਉਹਨਾਂ ਦੀਆਂ ਨੇ ਤੇ ਪੈਸੇ ਵਗੈਰਾ ਵੀ ਮਿਲਦੇ ਨੇ ਉਹ ਤਾਂ ਮੰਥਲੀ ਉਹਨਾਂ ਨੂੰ ਮੰਥਲੀ ਵਗੈਰਾ ਇਹ ਟੈਕਸ ਵੀ ਨਹੀਂ ਕੱਟਣਾ ਪੈਂਦਾ ਜੇ ਤੁਸੀਂ ਕੰਮ ਕਰਦੇ ਆ ਮੈਂ ਵੀ ਰੈਡ ਨਹੀਂ ਹੈਗੇ ਤਾਂ ਆਪਾਂ ਵੀ ਇੰਡੀਆ ਨਹੀਂ ਆ ਉਹਦਾ ਨਾਮ ਹੀ ਤਾਂ ਹੀ ਰੱਖਿਆ ਸੀ ਨਾ ਆਪਣੇ ਵੱਲੋਂ ਤਾਂ ਇੰਡੀਆ ਹੀ ਗਏ ਸੀਗੇ ਕ੍ਰਿਸਟੋਫਰ ਕੋਲੰਬਸ ਹੋਣੀ ਬਟ ਉਹ ਇੱਧਰ ਆ ਗਏ ਹਾਂ ਉਹ ਇੰਡੀਆ ਦੀ ਖੋਜ 'ਚ ਗਏ ਸੀਗੇ ਜਾਂ ਕ੍ਰਿਸਟੋਫਰ ਕੋਲੰਬਸ ਸਪੇਨ ਤੋਂ ਵੀ ਫਰਾਂਸ ਤੋਂ ਤੁਰੇ ਜਿੱਥੋਂ ਵੀ ਤੁਰਿਆ ਸੀਗਾ ਉਹ ਆਏ ਸੀ ਵੀ ਘੁੰਮ ਕੇ ਮੈਂ ਸਿਰਫ ਪਹਿਲਾਂ ਅੱਧਾ ਰਸਤਾ ਪਾਣੀ ਵਾਲਾ ਹੁੰਦਾ ਟ੍ਰੇਡ ਲਈ ਅੱਧਾ ਸਮੁੰਦਰ ਵਾਲਾ ਹੁੰਦਾ ਸੀ ਉਹ ਕਹਿੰਦੇ ਸੀ ਮੈਂ ਧਰਤੀ 'ਚ ਗੋਲ ਆ ਇਹਦੇ ਘੁੰਮ ਕੇ ਮੈਂ ਦੋਵੇਂ ਪਾਸੇ ਇੰਡੀਆ 'ਚ ਚਲੇ ਜਾਊਂਗਾ ਬਟ ਉਹ ਕਾਈ ਜਾਈ ਗਏ ਕਾਫੀ ਦੇਰ ਰੁਕੇ ਉਹ ਕਹਿੰਦੇ ਉਰੇ ਉਹਨਾਂ ਨੇ ਦੇਖਿਆ ਵੀ ਰੈਡ ਇੰਡੀਅਨ ਲੋਕ ਉਹਨੇ ਕਿਹਾ ਵੀ ਇੰਡੀਆ ਵਾਲੇ ਨੇ ਵੀ ਲੱਗਦੇ ਵੀ ਨਹੀਂ ਹੈਗੇ ਫਿਰ ਉਹਨੇ ਮਾੜਾ ਮੋਟਾ ਕਿਸੇ ਦੇ ਸੋਨਾ ਕੁਛ ਪਾਇਆ ਵੀ ਸ਼ਾਇਦ ਦੇਖਿਆ ਉਹਨੇ ਫਿਰ ਬਾਅਦ 'ਚੋਂ ਚਿੱਠੀ ਲਿਖੀ ਸੀ ਇੱਕ ਵੀ ਇੰਡੀਆ ਦਾ ਮੈਨੂੰ ਲੱਭਿਆ ਨਹੀਂ ਪਰ ਮੈਂ ਇੱਕ ਜਗ੍ਹਾ ਲੱਭੀ ਆ ਅਤੇ ਉੱਥੇ ਦੇ ਵੀ ਲੋਕ ਨੇ ਜਿਹੜੇ ਵੀ ਉਹ ਬਹੁਤ ਵਧੀਆ ਗੁਲਾਮ ਬਣਦੇ ਨੇ ਸੋ ਕਹਿੰਦੇ ਵੀ ਕ੍ਰਿਸਟੋਫਰ ਕੋਲੰਬਸ ਨੂੰ ਇੱਕ ਤਰੀਕੇ ਨਾਲ ਇੱਕ ਬਹੁਤ ਮਹਾਨ ਸੇਲਰ ਸ਼ਿਪ ਕੈਪਟਨ ਦੇ ਨਾਮ ਜਾਣਿਆ ਜਾਂਦਾ ਬਟ ਉਹਦੀ ਸਕਿੱਲ ਨਾਲ ਉਹਦੀ ਸੋਚ ਦੇਖੀ ਜਾਵੇ ਉਹਨੇ ਲਿਖਿਆ ਵੀ ਬਹੁਤ ਵਧੀਆ ਸਲੇਹ ਬਣ ਗਏ ਉਹ ਲੈਟਰ ਹੁਣ ਵੀ ਪਿਆ ਮੈਂ ਟਿਕਟੋਕ 'ਤੇ ਦੇਖਿਆ ਸੀ ਜੇ ਮੈਂ ਗਲਤ ਨਹੀਂ ਹੈਗਾ ਅਗੇਨ ਹਿਸਟੋਰਿਕ ਫੈਕਟ ਚੈੱਕ ਕਰ ਲਿਓ ਆਪਣੇ ਬਟ ਉਹਨੇ ਕਿਹਾ ਲਿਖੇ ਭੇਜਾਈ ਆਪਣੇ ਰਾਜੇ ਨੂੰ ਵੀ ਇਹ ਬਹੁਤ ਵਧੀਆ ਗੁਲਾਮ ਬਣਨਗੇ ਫਿਰ ਇਹਨਾਂ ਨੇ ਇਹਨਾਂ ਨੂੰ ਨਸ਼ਿਆਂ ਦੇ ਵਿੱਚ ਲਾ ਕੇ
ਮਤਲਬ ਕਿ ਨਾ ਸਾਰਾ ਸਾਰਾ ਖਤਮ ਹੀ ਕਰਦੇ ਇਹਨਾਂ ਨੂੰ ਨਸ਼ੇ ਫ੍ਰੀ ਦੇ ਹੁਣ ਵੀ ਕਰੀ ਜਾ ਰਿਹਾ ਉਰੇ ਤਾਂ ਹੁਣ ਜਿੱਦਾਂ ਇਹਨਾਂ ਨੂੰ ਲਿਖਿਆ ਵੀ ਕੁੜੀਆਂ ਇਹਨਾਂ ਦੀਆਂ ਚੱਕ ਕੇ ਬਹੁਤ ਗਾਇਬ ਹੁੰਦੀਆਂ ਨੇ ਰੇਪ ਵਗੈਰਾ ਦੇ ਕੇਸਿਸ ਉਹ ਤੇ ਕਈ ਮੂਵੀਜ਼ ਵੀ ਬਣੀਆਂ ਨੇ ਰੀਸੈਂਟਲੀ ਤੇ ਹੁਣ ਇਹਦੇ ਉਜਾਗਰ ਕੀਤਾ ਜਾ ਰਿਹਾ ਚੀਜ਼ ਨੂੰ ਤੇ ਰੈਡ ਇੰਡੀਅਨਸ ਜਿਹੜੇ ਕਈ ਹੈਗੇ ਨੇ ਉਹ ਵੀ ਫਿਲਮਾਂ ਦੇ ਵਿੱਚ ਜਿੱਦਾਂ ਆਉਣ ਲੱਗ ਗਏ ਕੁਛ ਕਰਨ ਲੱਗ ਗਏ ਚੀਜ਼ਾਂ ਪੋਲਿਟਿਕਸ ਦੇ ਵਿੱਚ ਆਉਣ ਲੱਗ ਗਏ ਥੋੜੇ ਆ ਅਮਰੀਕਾ ਦੇ ਵਿੱਚ ਵੀ ਸੇਮ ਆ ਬਟ ਇਹਨਾਂ ਨੇ ਬਹੁਤ ਮਾੜੀ ਕੀਤੀ ਯੂਰਪ ਵਾਲੇ ਗਏ ਨੇ ਇਹਨਾਂ ਨੇ ਸਾਰੀਆਂ ਥਾਵਾਂ ਤੇ ਗਾਂਧੀ ਪਾਇਆ ਹੁਣ ਇਹ ਆਪਣੇ ਨੂੰ ਬਹੁਤ ਕਲਾਸਿਕ ਮੰਨਦੇ ਨੇ ਨਾ ਇਹਨਾਂ ਨੇ ਜਿੰਨੇ ਇਹਨਾਂ ਤੋਂ ਵੱਡੇ ਕੋਈ ਚੋਰ ਠੱਗ ਤੇ ਹੰਕਾਰੀ ਕਹਿ ਲਓ ਜ਼ੁਲਮ ਵਾਲੇ ਕਹਿ ਲਓ ਕੋਈ ਨਹੀਂ ਹੈਗੇ ਸਿੱਖ ਰਾਜ ਕਿੰਨੀ ਇਹਨਾਂ ਨੇ ਜਿਹੜੀਆਂ ਸੱਭਿਅਤਾਵਾਂ ਸੀ ਉਹ ਮਿਟਾਤੀਆਂ ਹਨਾ ਆਪਣੇ ਆਪ ਨੂੰ ਹਰੇਕ ਥਾਂ 'ਤੇ ਆਪਣਾ ਇਨਫਲੂਐਂਸ ਪਾਏ ਵੀ ਅਸੀਂ ਬਾਲੇ ਘੈਂਟ ਅਸੀਂ ਬਹੁਤ ਕਲਾਸਿਕ ਹਾਂ ਜਦਕਿ ਇਹ ਬਹੁਤ ਨਵੀਂ ਉੱਠੀ ਸੱਭਿਅਤਾ ਦੇ ਹੁਣ ਦੇਖ ਰਹੇ ਆਪਾਂ ਯੂਰਪ ਦਾ ਮੈਨੂੰ ਲੱਗਦਾ ਵੀ ਜਿੱਦਾਂ ਮੈਂ ਨਿਊਜ਼ਾਂ ਸੁਣਦਾ ਵੀ ਥੋੜ੍ਹੇ ਸਾਲਾਂ 'ਚ ਇਹਨਾਂ ਦਾ ਬੁਰਾ ਹਾਲ ਹੀ ਹੋਣਾ ਵਾ ਸਾਰੀ ਕੰਟਰੀਆਂ ਦਾ ਜਿਨ੍ਹਾਂ ਨੇ ਦੁਨੀਆਂ 'ਤੇ ਇੰਨਾ ਰਾਜ ਕੀਤਾ ਤੰਗ ਕੀਤਾ ਉਹ ਪਿੱਛੇ ਵੀ ਰੈੱਡ ਰੀਵਨ ਜੇ ਬਹੁਤ ਬੰਨੇ ਹੋਏ ਆ ਇੱਧਰ ਵੀ ਹੈਗਾ ਪਤਾ ਨਹੀਂ ਕਾਹਦੇ ਵੀ ਟੈਂਟ ਨੋਟੇ ਲੱਗੇ ਹੋਏ ਸੀ ਹਾਂ ਸ਼ਾਇਦ ਮੇ ਵੀ ਇਵੈਂਟ ਹੋਵੇ ਕੋਈ ਹੋ ਸਕਦਾ ਆ ਉਹਦਾ ਕੁਛ ਲਿਖਿਆ ਵੀ ਹੋਇਆ ਉੱਪਰ ਮੈਨੂੰ ਲੱਗਦਾ ਕੁਛ ਹੋਊਗਾ ਇਹਨਾਂ ਦਾ ਇਹ ਤਾਂ ਆਪਾਂ ਬਾਲੀ ਹੁਣ ਤਾਂ ਬਈ ਇਨਫੋਰਮੇਸ਼ਨ ਚਲੋ ਚਲੀਏ ਚਲੋ ਵਾਪਸ ਅੱਗੇ ਜਾ ਕੇ ਉਹਨਾਂ ਦੇਖ ਕੇ ਉਹਨਾਂ ਅੱਗੇ ਕੁਛ ਹੈ ਤੇ ਹੈ ਨਹੀਂ ਸੈਂਟਰ ਤੱਕ ਜਾਈਏ ਰਿਵਰ ਦੇ ਉੱਤੇ ਜਾਈਏ ਓਕੇ ਜਿਵੇਂ ਆ ਜਿਹੜੀ ਵਿਚਾਲੇ ਬਿਲਡਿੰਗ ਆ ਇਹਨੂੰ ਕਿਹਾ ਸੀ ਰੈਸਟੋਰੈਂਟ ਆ ਇਹ ਆ ਚੀਜ਼ ਆ ਜੋ ਵੀ ਲਿਖਿਆ ਹੋਇਆ ਉਹਦੇ ਪੜ੍ਹ ਲਿਓ ਤੁਸੀਂ ਇੱਧਰ ਆ ਥੰਮਲੇ ਨਾਲ ਇੱਕੇ ਥੰਮਲਾ ਵਾ ਇੱਧਰ ਵੀ ਆ ਦੋ ਥੰਮਲੇ ਨੇ ਦਰਖਤ ਬੜੇ ਇਕੱਠੇ ਹੋਏ ਪਏ ਆ ਯਾਰ ਕੱਢਣਾ ਕੱਢਣਾ ਚਾਹੀਦਾ ਇਹਨਾਂ ਨੂੰ ਜ਼ਿਆਦਾ ਹੀ ਨਹੀਂ ਹੋਇਆ ਪਾਣੀ ਪਹਿਲਾਂ ਅਸਲ 'ਚ ਮੀਂਹਾਂ ਕਰਕੇ ਜ਼ਿਆਦਾ ਆਇਆ ਉਹਦੇ ਕਰਕੇ ਜਾਂ ਸਿੱਟੇ ਹੁੰਦੇ ਆ ਹਾਂ ਪਤਾ ਨਹੀਂ ਕਿਵੇਂ ਮੈਂ ਆ ਕੇ ਆ ਗਿਆ ਸਾਈਕਲਿਸਟ ਉਹਦੇ ਨੇ ਦੱਸਿਆ ਵੀ ਅੱਜ 260 ਆਏ ਨੇ ਅਤੇ ਆਹ ਸਾਲ ਦੇ ਵਿੱਚ 15,437 ਪੈਡੈਸਟ੍ਰੀਅਨ 648 ਅਤੇ ਆਹ ਸਾਲ ਦੇ ਵਿੱਚ 71,487 ਮੈਨੂੰ 3 ਸਾਲ ਹੋ ਗਏ ਮੈਂ ਨਹੀਂ ਕਦੇ ਆਹ ਚੀਜ਼ ਨੋਟ ਕਰੀ ਅੱਜ ਕੱਲ੍ਹ ਇਹ ਵੀ ਨਵਾਂ ਹੀ ਲਾਇਆ ਲੱਗਦਾ ਇਹ ਬਸ ਉਰੇ ਦੇ ਆਣਾ ਵੀ ਸੈਂਸ ਕਰਦਾ ਹੋਊਗਾ ਕਿਤੇ ਵੀ ਕਰਦਾ ਹੋਊਗਾ ਉੱਧਰ ਦੀ ਸਾਈਡ 'ਤੇ ਥੋੜ੍ਹਾ ਛੋਟਾ ਵਾ ਮਤਲਬ ਕਿ ਉੱਧਰ ਵੀ ਹੈਗਾ ਤਾਂ ਔਖਾ ਹੀ ਹੈ ਬਟ ਉੱਧਰ ਬੇਸਿਕ ਪ੍ਰੈਕਟਿਸ ਕਰਨ ਵਾਸਤੇ ਆ ਰੈਂਪ ਜਿਹੇ ਬਣੇ ਹੋਏ ਨੇ ਪਾਈਪਾਂ ਦੇ ਉੱਤੇ ਨਹੀਂ ਛਾਲਾਂ ਮਾਰਦੇ ਹੁੰਦੇ ਨੇ ਉੱਧਰ ਦੀ ਸਾਈਡ 'ਤੇ ਉਹ ਚੀਜ਼ ਆ ਉਰੇ ਅਸੀਂ ਆਏ ਸੀਗੇ ਉਰੇ ਖਾਣ ਪੀਣੇ ਵਾਲੀ ਮਾਰਕੀਟ ਜੀ ਆ ਸਾਰੀ ਮੇਰੇ ਹਿਸਾਬ ਦਾ ਤਾਂ ਹੈਗਾ ਮੇਰੇ ਉਹਨਾਂ ਦੇ ਹਿਸਾਬ ਦਾ ਖਾਣਾ ਦੇ ਘੱਟ ਆ ਬਾਕੀ ਵਾਈਬ ਵੀ ਉਰੇ ਵਧੀਆ ਜਿੱਦਾਂ ਬਹਿ ਕੇ ਖਾਂਦੇ ਨੇ ਸਾਰੇ ਬਾਹਰ ਰੂਪਾਂ ਦੇ ਵਿੱਚ ਵੀ ਅੰਦਰ ਵੀ ਸੋਹਣੀ ਲੋਕੀ ਦਿੱਤੀ ਹੋਈ ਹੈ ਭੀੜ ਵੀ ਘੱਟ ਬਸ ਗੱਗੂ ਵੀਰ ਜੀ ਦਿਖਾਉਣ ਲੈ ਕੇ ਆਏ ਸੀ ਕਹਿੰਦੇ ਦਿਖਾ ਦਿੰਦੇ ਆ ਵੀਕਐਂਡ ਤੇ ਇੱਥੇ ਬਹੁਤ ਭੀੜ ਹੁੰਦੀ ਆ ਆਈਸਕ੍ਰੀਮ ਵਾਲੀਆਂ ਵੀ ਕਾਫੀ ਨੇ ਜੀ ਅੱਗੇ ਵੀ ਸੀਗੀਆਂ ਸ਼ਾਪਸ ਜੀਆਂ ਮੈਂ ਗਈ ਸੀ ਕਾਫੀ ਨੇ ਵਧੀਆ ਫੂਡ ਵਾਲਾ ਹੀ ਆ ਸਾਰਾ ਸੋਹਣਾ ਲੱਗਿਆ ਆ ਪਬਲਿਕ ਦੇ ਵਿੱਚ ਇੱਥੇ ਕੋਈ ਆਪਣਾ ਬੰਦਾ ਵੀ ਟੱਕਰ ਗਿਆ ਵਿੱਚੇ ਗਾ ਐ ਸੈਂਟਰ ਚ ਬਾਪੂ ਲਾਇਆ ਹੋਇਆ ਇਹ ਜੀ ਤਾਂ ਹੋਈ ਪੇਂਟਿੰਗਾਂ ਵੀ ਨੇ ਉਹਦੇ ਬਹੁਤ ਕੰਧਾਂ ਤੇ ਕਿਹਾਂ ਦੇ ਹਾਂ ਪੇਂਟਿੰਗਾਂ ਕਰੀਆਂ ਨੇ ਗਾਂਧੀ ਦੀਆਂ ਯੂਨੀਵਰਸਿਟੀ ਆਫ ਮੈਨੀਟੋਬਾ ਸਾਨੂੰ ਘੁਮਾ ਰਹੇ ਸੀ ਨਾਰਥ ਤੋਂ ਸਾਊਥ ਦੇ ਵਿੱਚ ਆ ਗਏ ਹਨਾ ਬਹੁਤ ਛੇਤੀ ਆ ਗਏ ਛੇਤੀ ਆ ਗਏ ਛੋਟਾ ਹੀ ਹੈ ਟ੍ਰੈਫਿਕ ਵਾਲੀ ਗੱਲ ਵਾਲੀ ਕਹਿੰਦਾ ਵੀ ਟ੍ਰੈਫਿਕ ਨਹੀਂ ਹੈਗੀ ਅਪਾਰਟਮੈਂਟ ਬਿਲਡਿੰਗਸ ਬਹੁਤ ਨੇ ਬਣ ਰਹੀਆਂ ਨੇ ਸਟੂਡੈਂਟ ਜਿਹੜੇ ਮੋਸਟਲੀ ਜਾਂ ਉਹ ਰੈਂਟ ਕਰਦੇ ਆ ਯੂਨੀਵਰਸਿਟੀ ਦਾ ਸਟੂਡੈਂਟ ਹੋ ਗਿਆ ਨਵਾਂ ਬੰਦਾ ਹੁੰਦਾ ਵਾ ਮਤਲਬ ਕਿ ਬਹੁਤ ਛੇਤੀ ਮੈਨੂੰ ਲੱਗੇ ਮੁੱਕ ਗਿਆ ਬ੍ਰੈਂਪਟਨ ਤੋਂ ਥੋੜ੍ਹਾ ਹੀ ਵੱਡਾ ਹੋਣਾ ਜਾਂ ਉੱਡਾ ਹੀ ਹੋਣਾ ਥੋੜ੍ਹਾ ਹੀ ਫਰਕ ਹੋਣਾ ਬ੍ਰੈਂਪਟਨ ਦੇ ਹਿਸਾਬ ਨਾਲ ਮੇਰੇ ਖਿਆਲ 'ਚ ਬਾਕੀ ਆਪਾਂ ਸਾਊਥ 'ਚ ਆਉਂਦੇ ਇੱਥੇ ਮੋਸਟਲੀ ਮਤਲਬ 80% ਸਟੂਡੈਂਟ ਹੋਣੇ ਜੀ ਜਿਹੜੇ ਲੋਕ ਉਰੇ ਘਰ ਲੈਂਦੇ ਆ ਤਾਂ ਮੋਸਟਲੀ ਤਾਂ ਹੀ ਲੈਂਦੇ ਵੀ ਸਟੂਡੈਂਟ ਨੂੰ ਰੈਂਟ ਕਰਦੇ ਹਾਂ ਰੈਂਟ ਵਾਸਤੇ ਰੈਂਟ ਰੈਂਟ ਵੀ ਠੀਕ ਆ ਉਰੇ ਹੁਣ ਉਹੀ ਆ ਨਾ ਪਿਛਲੇ ਰੀਸੈਂਟ 2-3 ਸਾਲਾਂ 'ਚ ਬਹੁਤ ਵਧਿਆ ਈਵਨ ਕੈਲਗਰੀ ਦੇ ਵਿੱਚ ਬਹੁਤ ਵਧਿਆ ਵਾ ਹਾਊਸ ਪ੍ਰਾਈਸ ਕੈਲਗਰੀ ਦੇ ਵਿੱਚ ਬਹੁਤ ਵਧੇ ਨੇ ਸੇਮ ਚੀਜ਼ ਹੋ ਰਹੀ ਆ ਉਰੇ ਹਲੇ ਉਨੀ ਨਹੀਂ ਹੋਈ ਬਟ ਜੇ ਉਰੇ ਜ਼ਿਆਦਾ ਆਉਣ ਲੱਗ ਗਈ ਇਮੀਗ੍ਰੇਸ਼ਨ ਫਿਰ ਉਹ ਵੀ ਚੀਜ਼ ਉਰੇ ਹੋਣ ਲੱਗ ਜੂਗੀ ਅਸੀਂ ਸ਼ਾਇਦ ਹਾਂ ਤੁਹਾਨੂੰ ਆਵਾਜ਼ ਠੀਕ ਨਾ ਆ ਰਹੀ ਹੋਵੇ ਵਿੰਡੋਆਂ ਖੁੱਲੀਆਂ ਹੋਈਆਂ ਨੇ ਮੌਸਮ ਬਹੁਤ ਵਧੀਆ ਵਾ ਸੋ ਆਪਾਂ ਗਿਆ ਨਹੀਂ ਖੁੱਲੀਆਂ ਰੱਖ ਕੋਈ ਚੱਕਰ ਨਹੀਂ ਹੈਗਾ
ਆਪਾਂ ਵੀ ਦੇਖ ਲਈਏ ਆਲਾ ਦਾਲਾ ਥੋੜਾ ਜਿਹਾ ਘੁੰਮ ਲਈਏ ਸ਼ਹਿਰ ਆ ਵਧੀਆ ਬਿਲਡਿੰਗਾਂ ਬਹੁਤ ਬਣ ਗਈਆਂ ਸ਼ਹਿਰ ਵਧੀਆ ਹਾਂ ਬਿਲਡਿੰਗਾਂ ਬਹੁਤ ਬਣਦਾ ਜੀ ਸ਼ਾਂਤ ਜਿਹਾ ਸ਼ਹਿਰ ਆ ਮਤਲਬ ਬੜਾ ਸ਼ਾਂਤ ਜਿਹਾ ਸ਼ਹਿਰ ਆ ਜਿਵੇਂ ਮੈਂ ਕੰਮ ਕਰਦਾ ਨਾ ਅਸੀਂ ਲੋਕਾਂ ਦੇ ਘਰਾਂ ਜਾਂਦੇ ਲੋਕ ਖੁਸ਼ ਜੇ ਨੇ ਹਨਾ ਘਰੇ ਰਹਿੰਦੇ ਆ ਵਰਕ ਕਰਦੇ ਆ ਹਨਾ ਸੇਮ ਚੀਜ਼ ਉਹ ਕਹਿ ਰਹੇ ਸੀ ਵੀ ਉਹਦੇ ਲੋਕ ਸ਼ਾਂਤ ਨੇ ਖੁਸ਼ ਨੇ ਪੂਰੇ ਨਾ ਖਰਚੇ ਘੱਟ ਨੇ ਤੇ ਲੋਕਾਂ ਦੇ ਸਿਰ ਤੇ ਬਰਡਨ ਨਹੀਂ ਹੈਗਾ ਇੰਨਾ ਪੈਸਾ ਕਮਾਉਣ ਦਾ ਹਨਾ ਬ੍ਰੈਂਪਟਨ ਚ ਲਾ ਲਓ ਵੀ ਉੱਥੇ ਦੇਖਾ ਦੇਖੀ ਬਣਾ ਹੋਇਆ ਪਿਆ ਐਵਰੇਜ ਫੈਮਿਲੀ ਘੱਟੋ ਘੱਟ ਜਿਹੜਾ ਬੰਦਾ 8-10,000 ਨਹੀਂ ਬਣਾ ਰਿਹਾ ਉਹਦਾ ਕੰਮ ਨਹੀਂ ਚੱਲਦਾ ਯਾਰ ਮੈਂ ਮੁੰਡਿਆਂ ਨੂੰ ਜਾਣਦਾ ਉਹ ਕਹਿੰਦੇ ਵੀ ਅਸੀਂ $16,000 ਸਾਨੂੰ ਮਿਨੀਮਮ ਚਾਹੀਦਾ ਮੈਂ ਕਿਹਾ $16,000 ਉਹ ਖਰਚ ਵੀ ਬੰਦਾ ਇੱਥੇ ਤੁਹਾਨੂੰ 6,000 ਚਾਹੀਦਾ ਮੇਰੇ ਹਿਸਾਬ ਚ ਇੱਕ ਫੈਮਿਲੀ ਨੂੰ ਇੱਕ ਵਧੀਆ ਜੀਣ ਲਈ ਤੇ 2-3,000 ਬਣਾ ਰਹੇ ਆ ਉਹ ਚੋਂ ਨਾ 2,000 ਕਿਸ਼ਤ ਮੈਂ ਵੀ ਜ਼ਿਆਦੇ ਮੇਰੇ ਹਿਸਾਬ ਚ 6-7,000 ਖਰਚਾ ਤਾਂ ਇਹਨਾਂ ਮਰਜ਼ੀ ਉਹ ਤੁਹਾਡੇ ਦਾ ਇਹਨਾਂ ਮਰਜ਼ੀ ਕਰ ਲਓ ਉਹ ਕਹਿਣ ਗਿਰੀ ਜੀ ਸਾਨੂੰ ਇਹੀ ਗੱਲ ਸੁਣਨ ਮਿਲੀ ਦੇਖੋ ਇੱਥੇ ਆਪਾਂ ਨੂੰ ਪੂਰੇ ਹਨਾ ਜਿੱਦਾਂ ਪੰਜਾਬੀ ਦਿਖ ਰਿਹਾ ਇਦਾਂ ਹਾਂ ਕਾਫੀ ਸਾਨੂੰ ਸਟੂਡੈਂਟ ਵੀ ਗਏ ਪੱਗਾਂ ਵਾਲੇ ਮੁੰਡੇ ਜਿੱਥੇ ਅਸੀਂ ਡਾਊਨਟਾਊਨ ਰੁਕੇ ਸੀ ਉੱਥੇ ਵੀ ਕਾਫੀ ਸੀ ਉੱਥੇ ਸ਼ਾਇਦ ਕਾਲਜ ਆ ਇੱਕ ਸਮਥਿੰਗ ਕੋਈ ਕਾਲਜ ਆ ਵਧੀਆ ਸ਼ਹਿਰ ਠੀਕ ਆ ਸ਼ਹਿਰ ਮਤਲਬ ਕਿ ਮੌਸਮ ਕਰਕੇ ਥੋੜੀ ਚਲੋ ਹਾਂ ਆਈ ਹੈ ਦਿੱਕਤ ਬਟ ਓਵਰਆਲ ਗੁੱਡ ਪਲੇਸ ਟੂ ਲਿਵ ਕਾਲਜ ਸਕੂਲਾਂ ਦੇ ਵਿੱਚ ਇੱਕ ਆਈਟਮ ਮਿਲਦੀ ਹੁੰਦੀ ਹੈ ਜਿਹੜੇ ਸਾਰਿਆਂ 'ਚ ਮਿਲਦੀ ਹੁੰਦੀ ਆ ਉਹ ਹੁੰਦੀ ਹੈ ਜਿਹੜੀ ਆਪਣੀ ਪੈਟੀ ਖਾਂਦੇ ਹੁੰਦੇ ਆ ਆਲੂ ਪੈਟੀ ਵੈਜ ਪੈਟੀ ਜਾਂ ਪਨੀਰ ਵਾਲੀ ਵੀ ਆਉਣ ਲੱਗੀ ਨਿਊਡਲ ਵਾਲੀ ਸੋ ਗੱਗੂ ਦੇ ਮਨ 'ਚ ਇੱਕਦਮ ਮੈਂ ਕਹਿੰਦਾ ਪੈਟੀ ਖਾਣੀ ਆ ਮੈਂ ਕਿਹਾ ਯਾਰ ਬਹੁਤ ਦੇਰ ਹੋ ਗਈ ਮੈਨੂੰ ਤਾਂ ਲੱਗਦਾ ਮੈਂ ਇੰਡੀਆ ਦੇ ਵਿੱਚ ਕਾਲਜ ਟਾਈਮ ਦੀ ਖਾਧੀ ਹੋਈ ਹੈ ਪੜ੍ਹਦੇ ਹੁੰਦੇ ਸੀ ਕਾਲਜ ਦੇ ਵਿੱਚ ਮੇਨ ਉਹੀ ਚੀਜ਼ ਹੁੰਦੀ ਸੀ ਸੋ ਅੱਜ ਕਾਫੀ ਸਾਲਾਂ ਬਾਅਦ ਆਪਾਂ ਪੈਟੀ ਟਰਾਈ ਕਰਨ ਲੱਗੇ ਮਿਲਦੀ ਆ ਟੋਰਾਂਟੋ ਦੇ ਵਿੱਚ ਵੀ ਹੋਣੀ ਆ ਇੰਡੀਆ ਵੀ ਜਾਂਦੇ ਆ ਉੱਥੇ ਵੀ ਮਿਲਦੀ ਆ ਬਟ ਕਦੇ ਸਵਾਬ ਜਿਹਾ ਨਹੀਂ ਬਣਿਆ ਹੈਗਾ ਅੱਜ ਕੁਦਰਤੀ ਸਵਾਬ ਜਿਹਾ ਬਣਾਇਆ ਵਾ ਅਤੇ ਹੁਣ ਆਪਾਂ ਖਾਂਦੇ ਹਾਂ ਜੀ ਵਧੀਆ ਪੈਟੀ ਦੇਖਦੇ ਹਾਂ ਵਧੀਆ ਹੋ ਕੇ ਨਹੀਂ ਦੂਜੇ ਗੱਲ ਤੁਸੀਂ ਬਾਰ ਬਾਰ ਕਹਿੰਗੇ 2-3 ਵਾਰ ਖਾਂਦੇ ਹੋ ਤੁਹਾਨੂੰ ਕੋਈ ਕਹੀ ਜਾਵੇ ਨਾ ਸਵਾਦ ਆ ਸਵਾਦ ਉਹ ਲੱਗਣ ਵੀ ਲੱਗ ਜਾਂਦਾ ਚਲੋ ਆਪਾਂ ਖਾਈਏ ਛੇਤੀ ਖਾਈਏ ਕਿੱਦਾਂ ਨਾ ਕਰੀਏ ਖਾ ਕੇ ਦੱਸ ਦਿਓ ਤੁਹਾਨੂੰ ਕਿਵੇਂ ਲੱਗੀ ਪੈਟੀ ਖਾ ਕੇ ਆਪਾਂ ਦੱਸਿਆ ਨੀ ਕਿਵੇਂ ਲੱਗੀ ਕਿਵੇਂ ਲੱਗੀ ਵਧੀਆ ਸੀਗਾ ਜਿੱਦਾਂ ਕਾਲਜ ਟਾਈਮ ਟੈਸਟ ਹੋਇਆ ਸੀ ਸੇਮ ਪਰਤਾਂ ਘੱਟ ਸੀ ਹਨਾ ਹਾਂਜੀ ਸਪਾਈਸੀ ਘੱਟ ਸੀ ਉਹ ਠੀਕ ਸੀ ਮਟੀਰੀਅਲ ਭਰਿਆ ਸੀ ਪਰ ਉਹਦੇ ਨਾਲ ਮਟਰ ਪਨੀਰ ਕਹਿਣਾ ਚਾਹੀਦਾ ਪੈਟੀ ਕੱਲੀ ਪਨੀਰ ਪੈਟੀ ਨਹੀਂ ਕਹਿ ਸਕਦੇ ਹੁਣ ਆਪਾਂ ਆਏ ਹਾਂ ਜੀ ਬਰਗਰ ਖਾਣ ਇੱਥੋਂ ਦੇ ਫੇਮਸ ਬਰਗਰ ਲੋਕਲੀ ਸ਼ਾਇਦ ਕੋਈ ਫਰੈਂਚਾਈਜ਼ੀ ਆ ਉਹਨਾਂ ਦੇ ਬਰਗਰ ਨੇ ਵੈਜ ਬਰਗਰ ਨੇ ਉਹਨਾਂ ਦੇ ਉਹ ਖਾਣਾ ਆ ਗੱਗੂ ਵੀਰ ਜੀ ਜਾਣਦੇ ਆ ਬਾਕੀ ਸਾਰਾ ਕੁਝ ਸੋ ਆਹ ਵਾਲੇ ਬਰਗਰ ਆਰਡਰ ਕੀਤੇ ਨੇ ਜੀ ਗ੍ਰੇਟ ਫਲਾਫਲ ਬਰਗਰ ਵੈਜੀਟੇਰੀਅਨ ਖਾ ਕੇ ਦੇਖਦੇ ਹੁਣ ਕਿੱਦਾਂ ਲੱਗਣਗੇ